ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ। ਸੰਸਾਰ ਵਿੱਚ ਅਨੇਕ ਪ੍ਰਕਾਰ ਦਾ ਗਿਆਨ ਹੈ, ਪਰ ਇਸ ਨੂੰ ਹਾਸਲ ਕਰਨ ਦਾ ਕੇਵਲ ਇੱਕੋ ਤਰੀਕਾ ਹੈ। ਇਨਸਾਨ ਨੇ ਜੋ ਵੀ ਅੱਗੇ ਗਿਆਨ ਹਾਸਲ ਕੀਤਾ ਹੈ ਉਸ ਨੂੰ ਸਮਝਣਾ ਅਤੇ ਫਿਰ ਉਸ ਵਿੱਚ ਆਪਣੀ ਵੱਲੋਂ ਹੋ ਸਕੇ ਤਾਂ ਵਾਧਾ ਕਰਨਾ। ਇਨਸਾਨ ਦਾ ਸਾਰਾ ਗਿਆਨ ਇਸ ਤਰੀਕੇ ਵਿੱਚ ਕਾਇਮ ਹੈ ਅਤੇ ਇਸੇ ਤਰੀਕੇ ਨਾਲ ਵਧਿਆ ਹੈ। ਜੋ ਵਿਅਕਤੀ ਗਿਆਨ ਦਾ ਚਾਹਵਨ ਹੈ ਉਹ ਜਿਸ ਕਿਸਮ ਦਾ ਗਿਆਨ ਹਾਸਲ ਕਰਨਾ ਚਾਹੇ ਉਸ ਸੰਬੰਧੀ ਇਨਸਾਨ ਦੀ ਅੱਗੇ ਕੀਤੀ ਪੜਚੋਲ ਨੂੰ ਪਹਿਲੇ ਸਮਝੇਗਾ, ਫਿਰ ਜਾਚੇਗਾ ਅਤੇ ਫਿਰ ਹਾਸਲ ਕਰੇਗਾ। ਰਾਗ ਵਿਦਿਆ ਨੂੰ ਸਿੱਖਣ ਵਾਲਾ ਜ਼ਰੂਰੀ ਹੈ ਕਿ ਕਿਸੇ ਰਾਗੀ ਜਾਂ ਰਾਗ ਸੰਬੰਧੀ ਲਿਖੀ ਪੁਸਤਕ ਦੀ ਸਹਾਇਤਾ ਲਵੇ। ਜੇਕਰ ਉਹ ਐਸਾ ਕਰਨਾ ਪਸੰਦ ਨਹੀਂ ਕਰਦਾ ਤਾਂ ਉਹ ਰਾਗ ਵਿਦਿਆ ਦਾ ਗਿਆਨ ਹਾਸਲ ਨਹੀਂ ਕਰ ਸਕਦਾ, ਰਾਗੀ ਨਹੀਂ ਬਣ ਸਕਦਾ। ਗੁਰਮੁਖ ਆਤਮ ਗਿਆਨ ਦਾ ਅਭਿਆਸੀ ਹੁੰਦਾ ਹੈ, ਇਸ ਵਾਸਤੇ ਉਹ ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ, ਗੁਰੂ ਦੇ ਬਚਨ ਸੁਣਦਾ ਹੈ, ਸਮਝਦਾ ਹੈ, ਤੋਲਦਾ ਹੈ ਅਤੇ ਜਾਚਦਾ ਹੈ ਅਤੇ ਫਿਰ ਉਹਨਾਂ ਬਚਨਾਂ ਅਨੁਸਾਰ ਅਮਲ ਕਰਕੇ ਆਤਮ ਗਿਆਨੀ ਬਣਦਾ ਹੈ। ਜੇ ਕੋਈ ਰਾਗ ਸਿੱਖਣ ਦਾ ਚਾਹਵਾਨ ਰਾਗੀ ਪਾਸੋਂ ਰਾਗ ਸਿੱਖਣ ਦੀ ਇੱਛਾ ਪ੍ਰਗਟ ਕਰਦਾ ਹੈ ਪਰ ਜਦ ਉਸਨੂੰ ਰਾਗੀ ਦੱਸੇ ਕਿ ਰਾਗ ਦੀਆਂ ਕੁੱਲ 7 ਸੁਰਾਂ ਹੁੰਦੀਆਂ ਹਨ ਤਾਂ ਸਿੱਖਣ ਵਾਲਾ ਰਾਗੀ ਦੇ ਬਚਨ ਤੇ ਵਿਸ਼ਵਾਸ ਨਾ ਕਰੇ ਅਤੇ ਕਹੇ ਕਿ 7 ਸੁਰਾਂ ਕਿਉਂ ਹੁੰਦੀਆਂ ਹਨ, 7 ਤੋਂ ਵੱਧ ਕਿਉਂ ਨਹੀਂ ਹੁੰਦੀਆਂ, ਅਤੇ ਰਾਗੀ ਦੀ ਹਰ ਇੱਕ ਗੱਲ ਉੱਤੇ ਇਤਰਾਜ਼ ਕਰੇ ਤਾਂ ਉਹ ਰਾਗ ਵਿਦਿਆ ਹਾਸਲ ਨਹੀਂ ਕਰ ਸਕੇਗਾ। ਜੇਕਰ ਕਰੇਗਾ ਵੀ ਤਾਂ ਬੜੀ ਦੇਰ ਦੇ ਨਾਲ। ਗਿਆਨ ਚਾਹੇ ਉਹ ਕਿਸੇ ਵੀ ਕਿਸਮ ਦਾ ਕਿਉਂ ਨਾ ਹੋਵੇ, ਹਾਸਲ ਕਰਨ ਵਾਸਤੇ ਜਿਸ ਪਾਸ ਵੀ ਜਾਵੋ ਉਸਦੇ ਬਚਨਾਂ ਉੱਤੇ ਪਹਿਲੇ ਵਿਸ਼ਵਾਸ ਕਰਨਾ ਜ਼ਰੂਰੀ ਹੈ। ਗਿਆਨ ਹਾਸਲ ਕਰਨ ਦੀ ਇਹੀ ਮੁੱਢਲੀ ਅਤੇ ਨਾ ਤੋੜੀ ਜਾਣ ਵਾਲੀ ਸ਼ਰਤ ਹੈ। ਇਸ ਤੋਂ ਬਿਨਾਂ ਕਿਸੇ ਪ੍ਰਕਾਰ ਦਾ ਕੋਈ ਗਿਆਨ ਹਾਸਲ ਨਹੀਂ ਹੋ ਸਕਦਾ। ਰਘਬੀਰ ਸਿੰਘ ਬੀਰ ਜੀ ਦੀ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਅੱਗੋਂ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ, ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ। ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਗੁਰਮੁਖ ਗੁਰੂ ਘਰ ਦੇ ਬਚਨਾਂ ਵਿੱਚ ਵਿਸ਼ਵਾਸ ਰੱਖਦਾ ਹੋਇਆ ਅਤੇ ਗੁਰੂ ਦੀ ਮਦਦ ਅਤੇ ਕਿਰਪਾਲਤਾ ਨਾਲ ਇੱਕ ਦਿਨ ਐਸੀ ਅਵਸਥਾ ਵਿੱਚ ਪਹੁੰਚਦਾ ਹੈ ਜਿੱਥੇ ਉਸਦੇ ਸਾਰੇ ਸ਼ੰਕੇ, ਇਤਰਾਜ਼ ਅਤੇ ਭਰਮ ਦੂਰ ਹੋ ਜਾਂਦੇ ਹਨ। ਗੁਰਮੁਖ ਅਤੇ ਮਨਮੁਖ ਵਿੱਚ ਸਭ ਤੋਂ ਵੱਡਾ ਫਰਕ ਇਹੀ ਹੁੰਦਾ ਹੈ ਕਿ ਗੁਰਮੁਖ ਆਪਣੇ ਸ਼ੰਕਿਆਂ ਨੂੰ ਸਾਂਭ ਕੇ ਰੱਖਦਾ ਹੈ ਅਤੇ ਗੁਰੂ ਦੇ ਕਹਿਣ ਅਨੁਸਾਰ ਅਮਲ ਕਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਮਨਮੁਖ ਵਿੱਚ ਇਹ ਜਿਗਰਾ ਨਹੀਂ ਹੁੰਦਾ ਕਿ ਉਹ ਆਪਣੇ ਸ਼ੰਕਿਆਂ ਜਾਂ ਭਰਮਾਂ ਨੂੰ ਕੁਝ ਸਮੇਂ ਵਾਸਤੇ ਸਾਂਭ ਕੇ ਰੱਖੇ। ਗੁਰਮੁਖ ਉਹ ਨਹੀਂ ਜਿਸ ਨੂੰ ਸ਼ੰਕੇ ਜਾਂ ਭਰਮ ਉਤਪੰਨ ਹੀ ਨਾ ਹੋਣ, ਇਹ ਇਨਸਾਨੀ ਫਿਤਰਤ ਦੇ ਖਿਲਾਫ ਵਾਲੀ ਗੱਲ ਹੈ। ਪਰ ਗੁਰਮੁਖ ਵਿੱਚ ਉਡੀਕ ਦੀ ਸ਼ਕਤੀ ਬੜੀ ਕਾਫੀ ਹੁੰਦੀ ਹੈ। ਉਹ ਆਪਣੇ ਸ਼ੰਕਿਆਂ ਨੂੰ ਨੋਟ ਕਰਕੇ ਰੱਖਦਾ ਹੈ ਪਰ ਕਰਦਾ ਉਹ ਹੈ ਜੋ ਗੁਰੂ ਦੱਸੇ ਅਤੇ ਪੂਰਨ ਵਿਸ਼ਵਾਸ ਨਾਲ ਕਰਦਾ ਹੈ। ਇਸ ਸਿਫਤ ਦਾ ਸਦਕਾ ਇੱਕ ਦਿਨ ਉਹ ਆਪਣੇ ਸਭ ਸ਼ੰਕੇ, ਸਭ ਭਰਮ ਦੂਰ ਹੋਏ ਦੇਖਦਾ ਹੈ। ਇਸ ਦੇ ਉਲਟ ਮਨਮੁਖ ਵਿੱਚ ਉਡੀਕਣ ਦਾ ਸਾਹਸ ਨਹੀਂ ਹੁੰਦਾ। ਉਹ ਚਾਹੁੰਦਾ ਹੈ ਕਿ ਪਹਿਲੇ ਮੇਰੇ ਭਰਮ ਜਾਂ ਸ਼ੰਕੇ ਨਿਵਿਰਤ ਹੋਣ, ਫਿਰ ਮੈਂ ਗੁਰੂ ਦੀ ਗੱਲ ਤੇ ਵਿਸ਼ਵਾਸ ਕਰਾਂਗਾ। ਪਰ ਉਸਦਾ ਐਸਾ ਕਰਨਾ ਵਿਗਿਆਨਕ ਤਰੀਕਾ ਨਹੀਂ,
ਰਾਗ ਸਿੱਖਣ ਤੋਂ ਪਹਿਲਾਂ ਕਿਸੇ ਨੂੰ ਕਿਵੇਂ ਸਮਝਾਇਆ ਜਾ ਸਕਦਾ ਹੈ ਕਿ ਆਵਾਜ਼ ਦੀਆਂ ਕੁੱਲ 7 ਸੁਰਾਂ ਹੀ ਹੋ ਸਕਦੀਆਂ ਹਨ, ਘੱਟ ਜਾਂ ਵਧੇਰੀਆਂ ਨਹੀਂ? ਜੇ ਸ਼ਿਸ਼ ਉਸਤਾਦ ਦੇ ਕਹਿਣ ਤੇ ਫਰਜ਼ ਕਰ ਲਵੇ ਕਿ ਰਾਗ ਦੀਆਂ 7 ਸੁਰਾਂ ਹੀ ਹੁੰਦੀਆਂ ਹਨ ਅਤੇ ਹੌਲੀ ਹੌਲੀ ਕਿਸੇ ਦਿਨ ਇਸ ਅਵਸਥਾ ਵਿੱਚ ਪਹੁੰਚ ਜਾਵੇਗਾ, ਜਦ ਉਸਦਾ ਆਪਣਾ ਦਿਲ ਆਖੇਗਾ ਕਿ ਰਾਗ ਦੀਆਂ 7 ਸੁਰਾਂ ਤੋਂ ਵੱਧ ਹੋ ਹੀ ਨਹੀਂ ਸਕਦੀਆਂ। ਪਰ ਰਾਗ ਸਿੱਖਣ ਤੋਂ ਪਹਿਲਾਂ ਇਹ ਗੱਲ ਕੋਈ ਕਿਸੇ ਨੂੰ ਕਿਵੇਂ ਸਮਝਾਵੇ? ਮਨੁੱਖ ਦਾ ਗਿਆਨ ਹਾਸਲ ਕਰਨ ਸੰਬੰਧੀ ਸਾਰਾ ਵਤੀਰਾ ਗਲਤ ਅਤੇ ਗੈਰ ਵਿਗਿਆਨਿਕ ਹੁੰਦਾ ਹੈ। ਉਹ ਵਿਸ਼ਵਾਸਹੀਨ ਹੋਣ ਕਰਕੇ ਸਾਰੀ ਉਮਰ ਦੀ ਭਟਕਣਾ ਮਗਰੋਂ ਵੀ ਕੁਝ ਹਾਸਲ ਨਹੀਂ ਕਰਦਾ, ਕੋਰੇ ਦਾ ਕੋਰਾ ਰਹਿ ਜਾਂਦਾ ਹੈ। ਗੁਰਮੁਖ ਇਸ ਦੇ ਉਲਟ ਆਤਮ ਸਾਇੰਸ ਸੰਬੰਧੀ ਆਪਣੇ ਤੋਂ ਪਹਿਲ ਕੀਤੇ ਸਾਰੇ ਇਨਸਾਨੀ ਤਜਰਬੇ ਦਾ ਆਪਣੇ ਗੁਰੂ ਰਾਹੀਂ ਫਾਇਦਾ ਉਠਾਉਂਦਾ ਹੈ ਅਤੇ ਇਨਸਾਨ ਦੀ ਸਦੀਆਂ ਦੀ ਕਾਲ ਤੋਂ ਪੈਦਾ ਹੋਏ ਨਤੀਜਿਆਂ ਨੂੰ ਗੁਰੂ ਦੇ ਵਿਸ਼ਵਾਸ ਕਰਕੇ ਥੋੜ੍ਹੇ ਅਰਸੇ ਵਿੱਚ ਸਮਝ ਲੈਂਦਾ ਹੈ। ਗੁਰਮੁਖ ਦਾ ਸਮਾਂ ਅਜਾਈ ਨਹੀਂ ਜਾਂਦਾ, ਉਸਦਾ ਹਰ ਮਿੰਟ ਸਫਲ ਹੁੰਦਾ ਹੈ। ਗੁਰਮੁਖ ਬੜਾ ਸਿਆਣਾ ਹੁੰਦਾ ਹੈ। ਉਹ ਸਮੁੰਦਰ ਤਰਨ ਵਾਸਤੇ ਚੰਗੇ ਮਲਾਹ ਦਾ ਆਸਰਾ ਲੈਣਾ ਆਪਣੀ ਕਮਜ਼ੋਰੀ ਨਹੀਂ ਸਮਝਦਾ। ਉਸਦੀ ਇਸ ਸਿਆਣਪ ਦਾ ਨਤੀਜਾ ਇਹੀ ਨਿਕਲਦਾ ਹੈ ਕਿ ਜਿੱਥੇ ਮਨਮੁਖ ਗੋਤੇ ਖਾਂਦਾ ਹੈ, ਭਵਰ ਵਿੱਚ ਫਸਦਾ ਹੈ ਅਤੇ ਡੁੱਬਦਾ ਹੈ, ਉੱਥੇ ਗੁਰਮੁਖ ਸਮੁੰਦਰ ਦੀ ਸੈਰ ਕਰਦਾ, ਹਵਾਵਾਂ, ਚੱਕਰਾਂ ਅਤੇ ਤੂਫਾਨਾਂ ਨੂੰ ਆਪਣੇ ਮਿੱਤਰ ਗੁਰਦੇਵ ਮਲਾਹ ਦੀ ਸਹਾਇਤਾ ਨਾਲ ਚੀਰਦਾ ਆਪਣੇ ਸਫ਼ਰ ਨੂੰ ਅਡੋਲ ਤੈਅ ਕਰਦਾ ਹੈ। ਗੁਰਮੁਖ ਅਲਿਪਤ ਰਹਿ ਸੰਸਾਰੇ, ਗੁਰ ਕੈ ਤਕੀਐ ਨਾਮ ਅਧਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।